लो जी साढ़े बच्चे अच पंजाब नहीं बल्कि वर्ल्ड के फेमस मेजर सिंह जी साढ़े बच्चे पहुंचे हैं, जबकि साढ़े पिंडा एक बेलना खोलना हों असी दस बंदे कट्ठे करते हैं, पर शाबाश इस नौजवान ने मेहनत की, मेहनत करके रंग लियाई, वो कल्ला ही एक बेलन कि प्लेटा पा लैंदा पता नहीं, जब वह बेट चकेगा नौजवानों सारे ने मान सत्कार ताड़िया मार के करना। मेजर सिंह जी बहुत बहुत धन्यवाद साढ़े नगर पहुंचने के, बाहरों आए हुए वीर का फिर मैं पिंड मल्ला बेदिया की पंचायत मल्ला बेदिया की प्रबंधक कमेटी समूह नगर निवासियों वालों आए हुए पतवंते सज्जनों का धन्यवाद करता, जो भी इस नगर के दूरों रेडियो चल के आया सारे ही साढ़े रब वर्गे हैं, सारे का ही बहुत बहुत धन्यवाद। हुण मेजर सिंह जी जिस वेले फेरे चक्की जाऊगी बेलन आ जिहड़ी कुश्ती लड़ रहे हैं मैं कहांगा कि कुश्ती थोड़ी अगे कर दिओ ताकि ये बेलन चक्कन वेले उन्हां को बिगड़ ना पै सके। लो जी एक पासे कुश्तियां दे मुकाबले ते दूजे पासे मालवे की धरती जिला लुधियाने नूं बिलोंग करदा होया मेजर कुंगराली सिखां कहिंदे कि लुधियाने तो चंडीगढ़ जांदिआं पहला छोटा जिहा शहर कुहाड़ा हुंदा दूसरा शहर समराड़ा हुंदा। चक्के दिखा लिया 26 जनवरी 1998 ਨੂੰ ਪੰਜਾਬ ਦੀ ਝਾਕੀ ਜਿਹੜੀ 26 ਜਨਵਰੀ ਦਿੱਲੀ ਦੇ ਵਿੱਚ ਦਿਖਾਈ ਗਈ ਉਹਦੇ ਵਿੱਚ ਵੀ ਮੇਜਰ ਕੰਗਰਾਲੀ ਸਿੱਖਾਂ ਵਾਲੇ ਨੇ ਆਪਣਾ ਬੇਲਣਾ ਚੱਕ ਕੇ ਦਿਖਾਇਆ। ਕਹਿੰਦੇ ਕਿ 26 ਜਨਵਰੀ ਤੋਂ ਅਗਲੇ ਦਿਨ 27 ਜਨਵਰੀ ਨੂੰ ਕਹਿ ਗਈਆਂ ਉਸ ਸਮੇਂ ਦੇ ਰਾਸ਼ਟਰਪਤੀ ਡਾਕਟਰ ਸ਼ੰਕਰ ਦਿਆਲ ਜੀ ਸ਼ਰਮਾ ਜਦੋਂ ਪੰਜਾਬ ਦੇ ਮੇਜਰ ਕੰਗਰਾਲੀ ਸਿੱਖਾਂ ਵਾਲੇ ਨੇ ਆਪਣਾ ਰਵਾਇਤੀ ਆਈਟਮ ਇਹ ਬੇਲਣਾ ਚੱਕ ਕੇ ਦਿਖਾ ਲਿਆ 1.5 ਕੁਇੰਟਲ ਦਾ ਤੇ ਉਸ ਸਮੇਂ ਦੇ ਰਾਸ਼ਟਰਪਤੀ ਡਾਕਟਰ ਸ਼ੰਕਰ ਦਿਆਲ ਜੀ ਸ਼ਰਮਾ ਜਿਨ੍ਹਾਂ ਨੇ ਕਹਿੰਦੇ ਕਿ ਕੁਰਸੀ ਤੋਂ ਉੱਠ ਕੇ ਇਸ ਪੰਜਾਬ ਦੇ ਗਵਰਨਰ ਨੂੰ ਆਪਣੀ ਹਿੱਕ ਦੇ ਨਾਲ ਲਾਇਆ 1 ਲੱਖ ਰੁਪਈਏ ਦੇ ਨਾਲ ਇਸ ਗਵਰਨਰ ਦਾ ਮਾਣ ਕੀਤਾ। ਸੋ ਅੱਜ 1.5 ਕੁਇੰਟਲ ਉਹ ਵੀ ਆਪਣੇ ਜਵਾਬ ਦਿਖਾਉਣ ਦੇ ਤਿਆਰ ਦਾ ਤਿਆਰ ਹੈ, ਬਾਕੀ ਭਲਵਾਨ ਜਿਨ੍ਹਾਂ ਨੂੰ ਪਰਚੀ ਮਿਲ ਗਈ ਹੈ ਫਟਾਫਟ ਮੇਰੇ ਵੀਰ ਲੰਗੋਟੇ ਲਾ ਕੇ ਖਾੜੇ ਦੇ ਵਿੱਚ ਆ ਜਾਓ ਤੇ 1.5 ਕੁਇੰਟਲ ਦਾ ਬੇਲਣਾ ਚੱਕਣ ਲਈ ਮੇਜਰ ਕੰਗਰਾਲੀ ਸਿੱਖਾਂ ਨੇੜੇ ਸਮਰਾਲਾ ਜਿਸ ਗਵਰਨਰ ਨੇ ਪੱਟਾਂ ਦੇ ਜ਼ੋਰ ਦੇ ਨਾਲ ਦੌੜਿਆਂ ਦੀ ਨਗਰ ਮੱਲਾ ਬੇਦੀਆਂ ਗੁਰੂ ਨੂੰ ਸਾਧ ਸੰਗਤ ਵੱਲੋਂ ਇਸ ਗਵਰਨਰ ਦਾ ਵੀ ਧੰਨਵਾਦ ਕਰਦੇ ਹਾਂ ਕਿ ਰੰਗ ਵੀ ਗੁਲਾਬ ਦੇ ਫੁੱਲ ਵਰਗਾ ਲਾਲੋ ਲਾਲ ਹੈ। ਸੋ ਜਿਹਨੇ 1.5 ਕੁਇੰਟਲ ਦਾ ਬੇਲਣਾ ਚੱਕਣਾ ਉੱਥੇ ਸਾਡੇ ਵੀਰਾਂ ਨੇ ਆਪਣੇ ਕੈਮਰੇ ਫੋਕਸ ਕਰ ਲਏ ਇਸ ਗਵਰਨਰ ਨੌਜਵਾਨ ਤੇ ਤੇ ਜਿਹਨੇ ਇਸ ਪਾਵਨ ਪਵਿੱਤਰ ਸਥਾਨ ਤੇ ਆ ਕੇ ਆਪਣੇ ਖੇਡ ਦਾ ਪ੍ਰਦਰਸ਼ਨ ਕਰਨਾ ਹੈ। ਉੱਥੇ ਬਾਕੀ ਭਰਵਾਨਾਂ ਨੂੰ ਬੇਨਤੀ ਹੈ ਜਿਨ੍ਹਾਂ ਨੂੰ ਪਰਚੀਆਂ ਮਿਲ ਗਈਆਂ ਮੇਰੇ ਵੀਰ ਪਰਚੀ ਲੈ ਕੇ ਖਾੜੇ ਜਾਓ। ਸੋ ਬਹੁਤ ਵਧੀਆ ਮੁਕਾਬਲਾ ਜਿੱਥੇ ਕੁਸ਼ਤੀ ਦੇ ਮੈਦਾਨ ਦੇ ਵਿੱਚ ਚੱਲ ਰਹੇ ਆ ਉੱਥੇ ਮੇਜਰ ਕੰਗਰਾਲੀ ਸਿੱਖਾਂ ਵਾਲਾ ਜਿਹਨੇ ਪੱਟਾਂ ਦੇ ਜ਼ੋਰ ਦੇ ਨਾਲ ਦੌੜਿਆਂ ਦੀ ਤਾਕਤ ਦੇ ਨਾਲ 1.5 ਕੁਇੰਟਲ ਦਾ ਬੇਲਣਾ ਚੱਕ ਕੇ ਦਿਖਾਲਣਾ ਹੈ। ਸੋ ਦੇਖਣੇ ਕਿ ਅੱਜ ਮੈਦਾਨ ਦੇ ਵਿੱਚ ਪੂਰਾ ਜ਼ੋਰ ਲਾ ਕੇ ਆਪਣੀ ਤਾਕਤ ਮਾਰੋ ਤਾਲੀਆਂ ਜ਼ੋਰਦਾਰ ਮੇਜਰ ਕੰਗਰਾਲੀ ਸਿੱਖਾਂ ਜਿਸ ਗੱਭਰੂ ਨੌਜਵਾਨ ਨੇ ਅੱਜ ਦੇਖਦੇ ਹਾਂ ਕਿ ਇਸ ਕੁਸ਼ਤੀਆਂ ਦੇ ਨਾਲ ਨਾਲ ਬਹੁਤ ਹੀ ਵਧੀਆ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਸੋ ਮੇਜਰ ਗੱਭਰੂ ਦਾ ਵੀ ਅਸੀਂ ਸਿੰਧ ਕਮੇਟੀ ਵੱਲੋਂ ਧੰਨਵਾਦ ਕਰਦੇ ਹਾਂ। ਗੇੜਾ ਲਾਓ ਬੜੇ ਪਾਣੀ ਵੀਰ ਖੜੇ ਤੇਰਾ ਮਾਣ ਸਨਮਾਨ ਕਰ ਲਏ। ਸੋ ਸਿੱਖੀ ਸਰੂਪ ਦੇ ਵਿੱਚ ਗੱਭਰੂ ਨੌਜਵਾਨ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਸੋ ਗੇੜਾ ਦਰਸ਼ਕਾਂ ਨੂੰ ਬੇਨਤੀ ਕਰਦਾ ਵੇ ਭਾਈ ਖੁੱਲੇ ਆਣਾ ਜਾਂ ਆਪਣੇ ਅੱਗੇ ਤੋਂ ਵੀ ਵੱਧ ਚੜ੍ਹ ਕੇ ਉਹ ਜਿਹੜੀ ਮਿਹਨਤ ਆ ਉਹਨੂੰ ਕਰਦੇ ਰਹਿਣ। ਸਾਰੇ ਹੀ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਭਾਈ ਇਹ ਜਿਹੜਾ ਦਾਨ ਤੁਹਾਡਾ ਯਾਰ ਤਕਰੀਬਨ ਇਹ ਦਾਨ ਪੀੜੀ ਚੌਂਝ ਭਰ ਕੇ ਨਦੀਆਂ ਨਾਲ ਕੱਟੇ ਨੀਰ ਦਾਨ ਕਰੇ ਤੇ ਧਾਨੀ ਘੜਦਾ ਕਹਿ ਗਿਆ ਸੰਤ ਕਬੀਰ ਵਾਲੀ ਗੱਲ ਹੈਗੀ ਜੀ। ਇਹ ਤੁਹਾਡਾ ਦਾਨ ਹੀ ਲੱਗ ਰਿਹਾ ਸਮੂਹ ਆਏ ਹੋਏ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਖੁੱਲੇ ਹੈ ਨਾ ਇਹਦਾ ਮਾਸ਼ਕਾ ਕਰੋ। ਲਓ ਜੀ ਮੇਜਰ ਕੰਗਰਾਲੀ ਸਿੱਖਾਂ ਲਾਓ ਗੇੜਾ ਬੜੇ ਦਾਨੀ ਵੀਰ ਖੜੇ ਆ ਤੁਹਾਡਾ ਮਾਨ ਸਨਮਾਨ ਕਰ ਰਹੇ। ਬਾਕੀ ਭਲਵਾਨਾਂ ਨੂੰ ਫਿਰ ਦੁਬਾਰਾ ਬੇਨਤੀ ਹੈ ਮੇਰੇ ਵੀਰ ਅਸੀਂ ਚਾਹੁੰਦੇ ਹਾਂ ਕਿ ਤਿੰਨ ਤਿੰਨ ਢੀਪੁਰੀਆ ਪਹੁੰਚ ਚੁੱਕਿਆ ਨਾਲ 157 ਨੰਬਰ ਪਰਚੀ ਵਾਲਾ ਭਲਵਾਨ ਬਾਈ ਮੇਰੇ ਵੀਰ ਪਰਚੀ ਲੈ ਕੇ ਜੇਬ ਚ ਪਾ ਕੇ ਨਹੀਂ ਬੈਠੇ ਰਹਿਣਾ ਏਦਾਂ ਕੁਸ਼ਤੀ ਨਹੀਂ ਹੋਣੀ। ਬਹੁਤ ਬਹੁਤ ਮੇਜਰ ਸਿੰਘ ਦਾ ਧੰਨਵਾਦ ਦੂਰ ਦਰੇਡੇ ਤੋਂ ਪਹੁੰਚ ਕੇ ਸਾਡੇ ਪਿੰਡ ਦੇ ਵਿੱਚ ਆਣ ਕੇ ਨੇ ਸੰਗਤਾਂ ਨੂੰ ਆਪੋ ਆਪਣੇ ਜ਼ੋਰ ਦਿਖਾ ਕੇ ਨਿਹਾਲ ਕੀਤਾ। ਬਹੁਤ ਬਹੁਤ ਧੰਨਵਾਦ ਮੇਜਰ ਸਿੰਘ ਕੁੰਗਰਾਲਾ। ਲਿਆਓ ਲਿਆਓ ਮੇਰੇ ਵੀਰ ਪਰਚੀ ਨਾਲ ਲੈ ਕੇ ਆਉਣੀ ਹੈ ਤੁਹਾਡਾ ਨੰਬਰ ਮਿਲਾ ਕੇ ਕੁਸ਼ਤੀ ਹੋਣੀ ਹੈ। ਸੋ ਦੋਨਾਂ ਮੱਲਾਂ ਦਾ ਨੰਬਰ ਮਿਲਾ ਕੇ ਕੁਸ਼ਤੀ ਹੋਣੀ ਹੈ। ਕਰਾਓ ਜੀ ਰੈਫਰੀ ਸਾਹਿਬ ਇਹਨਾਂ ਦੀ ਕੁਸ਼ਤੀ ਜਿਹੜੀ ਹੈ ਸ਼ੁਰੂ ਕਰਾ ਦਿਓ। ਕੁਸ਼ਤੀ ਤੋਂ ਬਾਅਦ ਆਪਣੀ ਪਰਚੀ ਲੈ ਕੇ ਤੁਸੀਂ ਸਟੇਜ ਤੇ ਆ ਕੇ ਸਾਡੀ ਸਿੰਧ ਕਮੇਟੀ ਤੋਂ ਮਾਣ ਲੈਣਾ। ਭਲਵਾਨਾਂ ਨੂੰ ਬੇਨਤੀ ਹੈ ਕਿ ਆਪਣੀ ਕੁਸ਼ਤੀ ਤੋਂ ਬਾਅਦ ਤੁਸੀਂ ਸਿੰਧ ਕਮੇਟੀ ਤੋਂ ਪਹਿਲਾਂ ਪੈਸੇ ਪ੍ਰਾਪਤ ਕਰਨੇ ਆ, ਫਿਰ ਤੁਸੀਂ ਆਪਣੇ ਕੱਪੜਿਆਂ ਕੋਲ ਜਾਣਾ। ਸੋ ਬਹੁਤ ਹੀ ਵਧੀਆ ਇਹ ਸਿੰਧ ਮੇਲਾ ਬੜੇ ਡਿਸਿਪਲਨ ਦੇ ਨਾਲ ਕਰਾਇਆ ਜਾ ਰਿਹਾ। ਸੋ ਪਹਿਲਵਾਨ ਜੀ ਮਨੋਹਰ ਜੀ ਨਾਲ ਮਿੰਦਰ ਚੌੜਾ ਜੀ ਮਿੰਦਰ ਟਿੱਬੀ ਜੀ ਨਾਲ ਹੋ ਕੇ ਵਧੀਆ ਜੋੜ ਮਿਲਾ ਰਹੇ ਆ। ਫਟਾਫਟ ਭਲਵਾਨਾਂ ਦੇ ਜੋੜ ਮਿਲਾਈ ਜਾਓ।
ਲਓ ਤੇ ਮੱਲਾਂ ਨੂੰ ਬੇਨਤੀ ਹੈ ਕਿ ਲੰਗੋਟੇ ਲਾ ਕੇ ਅਖਾੜੇ ਦੇ ਵਿੱਚ ਆਈ ਜਾਓ ਤਾਂ ਜੋ ਵੱਡੀਆਂ ਕੁਸ਼ਤੀਆਂ ਲਈ ਸਾਡੇ ਕੋਲ ਪੂਰਾ ਸਮਾਂ ਬਚ ਸਕੇ ਜਿਸ ਭਲਵਾਨ ਨੂੰ ਉਠਾਲਿਆ ਜਾਂਦਾ ਹੈ ਉਹਨਾਂ ਨੂੰ ਬੇਨਤੀ ਦੇਰੀ ਨਾ ਕਰਿਆ ਕਰੋ ਫਟਾਫਟ ਲੰਗੋਟਾ ਲਾ ਕੇ ਮਰੇ ਤੇ ਚੱਲ ਰਹੀਆਂ ਤੇ ਮਾਂ ਦੀ ਹੱਲਾ ਸ਼ੇਰੀ ਸ਼ੇਰ ਬਣਾ ਦਿੰਦੀ ਆਦਰ ਰਕੇ ਦਾ ਛੰਨਾ ਮੋਨੋ ਲਾ ਦਿੰਦੀ ਸੋ ਮਾਵਾਂ ਦੀ ਹੱਲਾ ਸ਼ੇਰੀ ਦੇ ਨਾਲ ਹੀ ਇਹ ਭਲਵਾਨ ਬਣਦੇ ਆ ਉਧਰ ਵੀ ਦੇਖਦੇ ਆ ਕਿ ਇੱਕ ਪਾਸੇ ਕਹਿੰਦੇ ਕਿ ਤਗੜਾ ਮੱਲ ਹੈ ਦੂਜੇ ਪਾਸੇ ਵੀ ਪਤਲਾ ਪਤੰਗ ਜਿਹਾ ਪਹਿਲਵਾਨ ਹੈ ਇਹ ਤਾਂ ਇਦਾਂ ਲੱਗਦਾ ਜਿੱਦਾਂ ਟਰੱਕ ਤੇ ਮਰੂਤੀ ਦਾ ਮੁਕਾਬਲਾ ਹੋਣ ਲੱਗਾ ਦੇਖੋ ਪਰ ਕਹਿੰਦੇ ਕੁਸ਼ਤੀ ਜਿਹੜੀ ਹੈ ਉਹ ਭਾਰ ਦੀ ਖੇਡ ਨਹੀਂ ਟੈਕਨੀਕ ਦੀ ਖੇਡ ਹੈ ਫੁਰਤੀ ਦੀ ਖੇਡ ਹੈ ਚੁਸਤੀ ਦੀ ਖੇਡ ਹੈ ਸੋ ਖਾਧੀਆਂ ਸਟਾਡਾਂ ਦੀਆਂ ਮਾਰਾਂ ਦਾ ਹੀ ਮੈਦਾਨ 'ਚ ਪਤਾ ਲੱਗਦਾ ਹੱਥ ਨਹੀਂ ਟਿਕਦਾ ਗੱਭਰੂ ਨੌਜਵਾਨ ਦੇ ਪਿੰਡੇ ਉਹਦੀਆਂ ਚੋਰੀਆਂ ਪੱਟਾਂ ਉੱਤੇ ਮੋਰ ਪਹਿਲਾਂ ਪਾਉਂਦੇ ਦੌੜਿਆਂ ਤੇ ਸ਼ੇਰ ਵੇਖੋ ਵੱਟਦੇ ਨੇ ਘੂਰੀਆਂ ਲੱਗ ਜੂਗਾ ਪਤਾ ਕਿ ਛਿੰਝ ਦੇ ਮੈਦਾਨ ਵਿੱਚ ਕਿਹਨੇ ਕਿਹਨੇ ਚੁੰਗੀਆਂ ਨੇ ਮੱਝਾਂ ਬੂਰੀਆਂ ਅੱਜ ਤਾਂ ਇਸ ਪਾਵਨ ਪਵਿੱਤਰ ਧਰਤੀ ਦੇ ਪਤਾ ਲੱਗਣਾ ਖਾਧੀਆਂ ਖੁਰਾਕਾਂ ਦਾ ਕੀਤੀਆਂ ਹੋਈਆਂ ਮਿਹਨਤਾਂ ਦਾ ਸੋ ਬਾਕੀ ਭਲਵਾਨ ਮੇਰੇ ਵੀਰ ਜਲਦੀ ਆਓ ਖਾੜੇ ਦੇ ਵਿੱਚ ਪਰਚੀ ਨਾਲ ਲੈ ਕੇ ਆਓ ਤਾਂ ਜੋ ਕੁਸ਼ਤੀਆਂ ਸੀ ਤਿੰਨ ਰੈਫਰੀ ਦਾ ਮੈਦਾਨ ਚ ਲਾਏ ਇੱਕ ਕੁਸ਼ਤੀ ਚੱਲ ਰਹੀ ਹੈ ਮੁੜ ਕੇ ਤੁਸੀਂ ਰਹਿ ਜਾਣਾ ਫਿਰ ਤੁਸੀਂ ਮਗਰ ਘੁੰਮਣਾ ਅਸੀਂ ਦੂਰੋਂ ਆਏ ਸਾਡੇ ਖਾੜੇ ਨੂੰ ਸੱਦਾ ਦਿੱਤਾ ਸਾਡੀ ਕੁਸ਼ਤੀ ਨਹੀਂ ਹੋਈ ਅਸੀਂ ਚਾਹੁੰਦੇ ਕਿ ਫਟਾਫਟ ਖਾੜੇ ਦੇ ਵਿੱਚ ਆਈ ਜਾਓ ਕੋਈ 156 ਨੰਬਰ ਵਾਲਾ ਭਲਵਾਨ ਕਿਹੜਾ ਪਰਚੀ ਪਾ ਕੇ ਜੇਬ 'ਚ ਬੈਠਾ ਹੈ ਜਿਹਨੂੰ ਪਰਚੀ ਮਿਲ ਗਈ ਹੈ 156 ਦੇ ਨਾਲ ਹੀ ਕੁਸ਼ਤੀ ਹੋਣੀ ਹੈ ਜਾ ਰਹੀ ਹੈ ਇਹ ਗਿਆਨੀ ਤੇ ਪ੍ਰਧਾਨ ਤਖੇਰ ਸਿੰਘ ਵੱਲੋਂ ਅੱਜ ਦਾ ਜੋ ਫਸਟ ਪ੍ਰਾਈਜ਼ ਦਿੱਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਅੱਜ ਦਾ ਜੋ ਫਸਟ ਪ੍ਰਾਈਜ਼ ਢਹਿਣ ਵਾਲੇ ਔਰ ਢਾਉਣ ਵਾਲੇ ਨੂੰ ਦਿੱਤਾ ਜਾਵੇਗਾ ਉਹ ਲੰਬੜਦਾਰ ਸੋਹਣ ਸਿੰਘ ਦੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ ਸੋ ਹੋਰ ਵੀ ਬਹੁਤ ਹਜ਼ਾਰਾਂ ਰੁਪਈਏ ਇਹ ਲੱਖਾਂ ਰੁਪਈਏ ਇਸ ਮੇਲੇ ਲਈ ਸੰਗਤਾਂ ਭੇਜ ਰਹੀਆਂ ਹਨ ਜਿਸ ਦੇ ਵਿੱਚ ਮਨਿਹਾਲ ਸਿੰਘ ਜੋ ਸਾਡੇ ਵਿੱਚ ਨਹੀਂ ਰਹੇ ਉਹਨਾਂ ਨੇ ਵੀ ਇਸ ਜੋੜ ਮੇਲੇ ਦੇ ਲਈ 10,000 ਰੁਪਈਆ ਸਪੈਸ਼ਲ ਭੇਜਿਆ ਉਹਨਾਂ ਦੇ ਪਰਿਵਾਰ ਵੱਲੋਂ ਪਰਿਹਾਰ ਸਿੰਘ ਜੋ ਮੋਹਨ ਸਿੰਘ ਦਾ ਲੜਕਾ ਸੀ ਪਿਛਲੇ ਦਿਨੀ ਉਹ ਚੜ੍ਹਾਈ ਕਰ ਗਿਆ 10,000 ਰੁਪਈਆ ਉਹ ਜੋੜ ਮੇਲੇ ਲਈ ਇਸ 'ਤੇ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਹੋਰ ਭਜਨ ਸਿੰਘ ਦੇ ਪਰਿਵਾਰ ਵੱਲੋਂ ਲੰਬੜਦਾਰ ਪਰਿਵਾਰ ਬਲਵੀਰ ਸਿੰਘ ਔਰ ਲੈਂਬਰ ਸਿੰਘ ਜੋ ਵੀ ਇੰਗਲੈਂਡ ਇਹਨਾਂ ਰਾਹੀਂ ਆਏ ਹੋਏ ਹਨ ਬਹੁਤ ਬਹੁਤ ਮਾਇਆ ਦੇ ਖੁੱਲ੍ਹੇ ਗੱਫੇ ਲੈ ਕੇ ਆਏ ਆ ਜਿਹਦੀ ਵਜ੍ਹਾ ਨਾਲ ਇਹੋ ਜਿਹੇ ਜੋੜ ਮੇਲੇ ਲਗਾਏ ਜਾਂਦੇ ਹਨ ਬਹੁਤ ਬਹੁਤ ਧੰਨਵਾਦ ਕਿਤੇ ਜੇਲ੍ਹ 'ਚ ਪਾ ਕੇ ਨਾ ਬੈਠੇ ਰਹੋ ਇੱਕ ਉੱਪਰਲੀ ਪਤਾ ਨਹੀਂ ਸੀ ਦੀ ਪਰਚੀ ਹੈ ਅਸੀਂ ਏ ਦੇ ਵਿੱਚ ਇਸੇ ਪਰਚੀ ਤੇ ਘੁੱਲ ਲਈਏ ਇੱਦਾਂ ਨਹੀਂ ਘੁੱਲ ਆਉਣਾ ਜਿੱਦਾਂ ਜਿੱਦਾਂ ਅਸੀਂ ਪਰਚੀਆਂ ਦਿੰਦੇ ਹਾਂ ਉੱਦਾਂ ਮੇਰੇ ਲਿਫਾਫੇ ਰੱਖੇ ਆ ਉਹੋ ਹੀ ਮਾਇਆ ਜਿਹੜੀ ਉਸ ਕੈਟਾਗਰੀ ਦੇ ਵਿੱਚ ਦਿੱਤੀ ਜਾ ਰਹੀ ਹੈ ਸੋ ਮੇਰੇ ਵੀਰ ਜਲਦੀ ਤੋਂ ਜਲਦੀ ਜਿਹੜੇ ਆ ਉਹ ਪਰਚੀਆਂ ਲੈ ਕੇ ਮੈਦਾਨ ਦੇ ਵਿੱਚ ਆਈ ਜਾਓ ਤਾਂ ਜੋ ਕੁਸ਼ਤੀਆਂ ਕਰਾਈਆਂ ਜਾ ਸਕਣ 156 ਨੰਬਰ ਪਰਚੀ ਵਾਲਾ ਭਲਵਾਨ ਅਜੇ ਤੱਕ ਅਖਾੜੇ 'ਚ ਨਹੀਂ ਪਹੁੰਚਿਆ 162-63 ਤੱਕ ਕੁਸ਼ਤੀਆਂ ਹੋ ਗਈਆਂ ਚਾਲ ਸਾਹਿਬ ਲੜਕੀ ਨੇ ਕੁਛ ਗੇੜੇ ਲਾਉਣੇ ਹਨ ਮਾੜਿਆ ਜੀ ਨੌਜਵਾਨ ਜਿਹੜੀਆਂ ਆਮ ਖੇਡਾਂ ਆ ਰਹੀਆਂ ਹਨ ਸਾਨੂੰ ਇਹਦੇ ਬਾਰੇ ਬਹੁਤੀ ਜਾਣਕਾਰੀ ਹੈ ਨਹੀਂ ਉਹ ਵੀ ਆਪਣੇ ਜ਼ੋਰ ਦਿਖਾ ਰਿਹਾ ਪਰ ਕੋਈ ਵੀ ਆਈਟਮ ਕਰਨਾ ਸਾਡੀ ਛਿੰਝ ਕਮੇਟੀ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ ਪਹਿਲਾਂ ਮਨਜ਼ੂਰੀ ਜਿਹੜੀ ਲੈਣੀ ਬੜੀ ਜ਼ਰੂਰੀ ਹੈ ਜਿਹੜਾ ਆਈਟਮ ਕਹਿੰਦੇ ਕਰਾਉਣ ਵਾਲਾ ਹੋਏਗਾ ਉਹ ਜ਼ਰੂਰ ਮੈਦਾਨ ਦੇ ਵਿੱਚ ਮੌਕਾ ਦਿੱਤਾ ਜਾ ਸਕੇਗਾ ਜਿਸ ਆਈਟਮ ਨੂੰ ਦੇਖ ਕੇ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਕੋਈ ਵਧੀਆ ਸੁਨੇਹਾ ਮਿਲ ਸਕੇ ਕੋਈ ਵਧੀਆ ਸੋ ਆਓ ਬਈ ਭਲਵਾਨਾਂ ਨੂੰ ਬੇਨਤੀ ਯਾਰ ਪਰਚੀਆਂ ਲੈ ਕੇ ਖਾੜੇ 'ਚ ਕਿਉਂ ਨਹੀਂ ਆ ਰਹੇ ਤੁਸੀਂ ਪਰਚੀ ਮਿਲਦੀ ਆ ਲੰਗੋਟੇ ਲਾ ਕੇ ਖਾੜੇ 'ਚ ਨਹੀਂ ਆਉਂਦੇ ਅਸੀਂ ਤਿੰਨ ਰੈਫਰੀ ਸਾਹਿਬ ਮੈਦਾਨ ਦੇ ਵਿੱਚ ਲਾਏ ਆ ਅਸੀਂ ਚਾਹੁੰਦੇ ਹਾਂ ਕਿ ਕੁਸ਼ਤੀਆਂ ਜਿਹੜੀਆਂ ਲਗਾਤਾਰ ਕਰਾਈਆਂ ਜਾ ਸਕਣ ਇਹ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਪਰਚੀ 156 ਨੰਬਰ ਕਿੰਨੇ ਚਿਰ ਦਾ ਭਲਵਾਨ ਲੰਗੋਟੇ ਲਾ ਕੇ ਖੜਾ ਹੈ ਫਟਾਫਟ ਮੇਰੇ ਵੀਰ ਖਾੜੇ ਦੇ ਵਿੱਚ ਆਓ ਤਾਂ ਜੋ ਵੀ ਕੁਸ਼ਤੀ ਉਸ ਮੱਲ ਦੇ ਨਾਲ ਕਰਾਈ ਜਾ ਸਕੇ ਆਪਣੀ ਪਰਚੀ ਨਾਲ ਲੈ ਕੇ ਆਉਣੀ ਹੈ ਸੋ ਜਿੱਥੇ ਮੇਜਰ ਪੰਗਰਾਲੀ ਸਿੱਖਾਂ ਨੇ ਆਪਣੇ ਬੋਲਣੇ ਦਾ ਜ਼ੋਰ ਦਿਖਾਇਆ ਉੱਥੇ ਪੰਜਾਬ ਦੀ ਖੂਬਸੂਰਤ ਮਨਿਆਰ ਇਸ ਸਮੇਂ ਸਾਡੇ ਕੋਲ ਬਲਜੀਤ ਕੌਰ ਪਿੰਡ ਹੰਬੋਆ ਜ਼ਿਲ੍ਹਾ ਕਪੂਰਥਲਾ ਉਹ ਵੀ ਬੱਚੀ ਅੱਜ ਧੰਨ ਧੰਨ ਬਾਬਾ ਜੋਗਿਆਣਾ ਸਾਹਿਬ ਦੇ ਸਪਾਵਨ ਪੁੱਤ ਬਲਜੀਤ ਕੌਰ ਹੰਬੋਆ ਬੇਗੋਲ ਪਲੱਥ ਜਿੱਥੇ ਪੜ੍ਹਾਈ ਦੇ ਖੇਤਰ ਵਿੱਚ ਬੇਗੋਲ ਪਲੱਥ ਦੇ ਵਿੱਚੋਂ ਬੱਚੀ ਆਪਣੇ ਬਲਾਕ ਦੇ ਵਿੱਚੋਂ ਫਸਟ ਆਈ ਹੈ ਉੱਥੇ ਕਹਿੰਦੇ ਕਿ ਸਾਬਕਾ ਡੀਜੀਪੀ ਸਰਦਾਰ ਸਰਬਜੀਤ ਸਿੰਘ ਜੀ ਵਿਰਕ ਜਿਸ ਨੇ ਇਸ ਬੱਚੀ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਦੇ ਵਿੱਚ ਸਰਟੀਫਿਕੇਟ ਦਿੱਤਾ ਕਿ ਜਦੋਂ ਬੱਚੀ 18 ਸਾਲ ਦੀ ਹੋ ਜਾਏਗੀ ਸਿੱਧੀ ਪੰਜਾਬ ਪੁਲਿਸ ਦੇ ਮਾਰ ਰਹੀ ਹੈ ਪੜ੍ਹਾਈ ਦੇ ਨਾਲ ਆਉਣ ਵਾਲੇ ਸਮੇਂ ਦੀ
पीटी उषा वर्गी एक जड़ाक बची है जो अज मैदान के गेड़े ला के पंजाब की जवानी में सुनेहा देगी कि नशा पत्तियां तो बचना वधिया पहलवान बनना वधिया जड़ाक बनना। सो बलजीत कौर जी ने साडी सिंध कमेटी से मंजूरी ली है जो इस ग्राउंड के पांच चार गेड़े ला के वह भी साडे दानी वीर तो अपना मान सम्मान जिहड़ा है वह प्राप्त करेगी। एक पासे कुश्तिया के मुकाबले हो रहे हैं, दूजे पासे बलजीत कौर हंबुआ नेड़े पलाठ बेबेवाल जी बची मैदान के भज रही है भावे खाड़ा छोटे अपने स्कूल वर्ग की भी तगड़ी दौड़ाक है। एक अज मैदान समर पवित स्थान से आके अपनी हाजिरी ला रही है। सो सारे दानी वीर बेनती है कि सतगुर के दिते हुए नेक खजाने चो इस बच्ची का भी आपको पूरा मान करना है। तो एक एक रुपये न इस परिवार का पढ़ाई का छोटे भैन भरावान का सारा खर्चा जोड़ा इस बच्ची के सिर पर चलता है। अपने माता पिता की भी सरवण पुत बच्ची है जी पंजाब के हर खेल मेले के आके वधिया सुनेहा भी देती है उसे अपने घर का पढ़ाई का सारा खर्चा तो सिर पर चलाती है। सो इस समय तीन कुश्तियां मैदान चल रही है। महाराज ताप इत करो कुश्ती के फैसले जिन्हें भलवाना परची मिली जाती है लंगूटा ला के खाड़े के मेरे वीर आई जाओ ता जो तीन तीन चार चार कुश्तियां असं करा सकी बाकी कुश्तियां भी पूरा मौका जोड़ा है वह मैदान के असी दे सकी। सो जिते कमल टोंग श्री पहलवान साढ़े खाड़े के पहुंच चुका है उत्तर जगरूप अंबरसर पहलवान जिन्हों की अच्छ वी झंडी की कुश्ती होनी है वह भी पहलवान समय सिर साढ़े खाड़े के पहुंच चुका है। सारी सिंध कमेटी वालों बहरों आए सारे खाड़े का असं दरबार आओ भलवानों बेनती मेरे वीर बाकी पर्चियां लाके मैदान बैठे तुम भी फटाफट कपड़े लाके मैदान जाओ तो सारे पंजाबी समझ लगती है जब तो पर्ची मिल जाती है उस वेले कपड़े लाओ तो मैदान आ जाओ ये ला कपड़े नित्र मैदान अंदर अज देखना तेरा जोर सजना सांभ सकता है तो सांभ नहीं तो बाजी बाजी हो सजना। सो आओ मेरे वीर फटाफट मैदान के आ जाओ। मैं सिंध कमेटी को बेनती करा कि बलजीत कौर हंबुआल बच्ची तुम्हें बड़ी दूरों चल के अज इस पावन पवित्र स्थान से अपने खेल का वधिया प्रदर्शन करने आई है। सो बहुत बहुत धन्यवाद करते हैं कि जिते पूरे हिंदुस्तान का जोर लग्या पाया कि भ्रूण हत्या बंद होनी चाहिए है ये बच्चिया जड़ियाँ जन्म लैके अपने माता पिता का अपने देश का नाँ जोड़ा वो रोशन कर दी है। सो बलजीत कौर का भी धन्यवाद करते हैं बाकी जिन्होंने भलवानों की कुश्ती उन्होंने बह किसी कारण करके जो मतलब काम करने योग नहीं रही। सो बहुत बहुत धन्यवाद इस लड़की का हेलो साढ़े पिंड आने भी जी आया कहते हैं आप 50 रुपये होर साढ़े स्टेज वालों भी आ गए लो जी बहुत बहुत धन्यवाद बहुत बहुत मेहरबानी जी बड़िया तेज कुश्तियां इस समय मैदान चल रही हैं। पहलवान मनोहर जी बहुत वधिया जोर है इस समय मैदान लैके आ रहे हैं। सो जिन्हां पहलवानों उठा लिया जाता फटाफट अपना संत बाबा जोगियाना साहब जिन्हों की अपार कृपा के नाल विशाल सिंध मेला कराया जा रहा है उत्थे साडे इलाके का बहुत ही वड्डा सिंध मेला गुरुद्वारा पंज तीर्थ लड़वा पातशाह छेवी 8 अक्टूबर को बहुत वड्डा सिंध मेला कराया जा रहा है। सो सारे इलाकों वासियों को बेनती है कि हम हमा के उस सिंध मेले के भी पहुंचना जिते चंडी की वड्डी कुश्ती लड्डू डोंगछड़ी मनजीत मलकपुर के नाल होगी उत्थे सद्दे हुए खाड़ियां दी कुश्तियां जिहड़ियां वो 8 अक्टूबर में लड़वा दे उस पावन पवित्र स्थान गुरद्वारा पंज तीर्थ के विच सिंध मेला कराया जा रहा है। सो सारे सदे हुए खाड़ियां के माली उत्थे होम आ के पहुंचण। सो कुश्तियां कहिंदे असीं 2 बजे शुरू कर देनी है सारे खाड़ियां नूं बेनती है कि जिन्हां नूं सदे पत्र दिते जाणगे वह 2 बजे हर हालत के विच खाड़े के विच पहुंचणगे। 5 बजे कहिंदे झंडी की वड्डी कुश्ती जिहड़ी है लड्डू डोंगछड़ी ते मनजीत मलकपुर विचकार कराई जाएगी। सो असीं सिंध कमेटी गुरद्वारा पंज तीर्थ लड़ुआ का भी धन्यवाद करते हैं कि जिन्हां ने बहुत वड्डा सिंध मेला जिहड़ा उस पावन पवित्र स्थान से करवाना है। सो अज इस धरती नूं भाग लगे है जिथे पहलवानों के वड्डे मुकाबले मैदान दे विच हो रहे हैं। धन धन संत बाबा जोगियाना साहब जी की अपार कृपा के नाल 7वां सालाना जोड़ मेला जिहड़ा धूमधाम नाल कराया जा रहा है। कल हल्ट दीआं दौड़ां दे मुकाबले होने हैं अज पहलवानों के कुश्ती के तगड़े मुकाबले जिहड़े है वह मल्ला बेदियां दे इस पावन पवित्र स्थान से चल रहे हैं। असीं सिंध कमेटी वालों समूह नगर ग्राम पंचायत NRA वीरां वालों इलाका निवासियों वालों सारे पहलवानों का बाहरों आए श्री गुरु साहिब संगत का असीं धन्यवाद करते हैं। सो मल्ला
बेनती के मारो गा पेज करो कुश्ती के फैसले। इस समय चार कुश्तियां मैदान दे विच चल रही हैं। फुर्ती दी खेड है, चुस्ती दी खेड है के खेड कबड्डी फुर्ती दा काम भेड़ा झूटे दा जी जारी दी कुश्ती पक्का साध लंगोटे दा तंदुरुस्ती दी खेड खेड नहीं बीमारा दा मेली बन के वेख मेलिया मेला यारां दा। देखो अज इस पावन पवित्र स्थान दा जोड़ मेला कि जिथे गुरु साध संगत धन धन साहिब श्री ग्रंथ साहिब महाराज के चरणों के हाजरी भरी है। सो उत्थे अज पहलवाना दे कुश्ती दे मुकाबले भी बड़े वधिया मैदान दे विच चल रहे हैं। सो बहुत वधिया जोर साडी सिंध कमेटी मैदान दे विच लैके आ रही है। बड़े तगड़े मुकाबले इस समय मैदान दे विच हो रहे हैं। 8 अक्टूबर नूं फिर वड्डा सिंध मेला लुड़िया की धरती ते कहिंदे कराया जाएगा। सटे हुए खाजां दे मल्लां दी उत्थे कुश्तियां कराईयां जाणगियां। सो बड़े डिसिप्लिन दे नाल अज पहलवाना दे मुकाबले मैदान दे विच हो रहे हैं। सारे पहलवानां नूं बेनती है कि दा पे तुम्हारे कुश्ती दे फैसले करो। रैफरी साहब नूं बेनती कि हर कुश्ती ते समां ला के रखना, बिल्कुल बनता जुड़ता समा जिहड़ा है वो मल्लां नूं आपां देना है तां जो सारे पहलवानां दीआं कुश्तियां हो सकन। कोई भी पहलवान जिहड़ा है वो नाराज साडे खाड़े चो जावे ना। सो बहुत बहुत धन्यवाद करदा सारे पहलवानां दा, भगमल जी दा बहुत बहुत धन्यवाद। सारिया गुरु साहिब संगत वालों सतगुरु के दिते हुए नेक खजानों के वध तो वध माया जिहड़ी है इस सिंध मेले वास्ते आ रही है। लो जी तीन चार कुश्तियां इस समय मैदान दे विच चल रही हैं। जिन्हां पहलवानां दी कुश्ती हो जाती है वह मेरे भी स्टेज तो आके अपना मान सम्मान ले जाए। कल भी गुरमीत खन्ना यह भी गबरू नौजवान ने साडी सिंध कमेटी को कहिंदे मंजूरी लई है। 7 किलो का यह थैला अपने दंदा दे नाल चक के दिखा रहा है। सो बहुत बहुत धन्यवाद करते हैं सारे का। सो इधर एक पासे पहलवानों के तगड़े मुकाबले मैदान के हो रहे हैं। सतगुरु की बड़ी अपार कृपा ले जरा जरूर छका रहे हो। सो लंबी लगियां 185 नंबर पहलवान साढ़े को पहुंच चुका है। नाल का पहलवान जरा खाड़े के बच्चे आए 185। मेरे वीर किसी ने भी साड़ी कमेटी ने कोई गिला शिकवा नहीं करना। तुहाडा मान सम्मान लिफाफिया के बच्चे वो पैसे लवो प्रसाद लवो तो अपने कपड़िया के कोल आ जाओ। सो साडे कोल सिंधी सलवा जी साडे प्रेस रिपोर्टर वीर है वह भी साडे खेड मेले च आए। असीं उन्हां दा धन्यवाद करते हैं कि पंजाब के खेड मेले जिहड़े है प्रेस रिपोर्टर वीरां दी जिंद जान हुंदे है जिन्हां दी लिखी हुई हर खबर नूं पढ़ के दर्शक वीर पहलवान इन्हां खाड़ियां दे विच पहुंचदे है। सो अज जवान होवे खाड़ियां दे विच उहदी वक्खरी पहचान होवे। अज वक्खरी पहचान बणदी है जदों मल उपर वड्डियां फिर झंडियां ते कुश्तियां लड़दे है। छोटियां भी बड़ियां पटाके वाले कुश्तियां हो रही हैं। सो मारो दा पेज करो कुश्ती फैसले तां जो बहुत ही वधिया इस समय रंग बजिया पे। दादा की बड़ी कृपा हुई है। धन धन संत बाबा जोगियाणा साहब जी जिन्हां दे आशीर्वाद दे नाल इह सिंध मेला कराया जा रहा है। बड़ी दूर का खाड़ा खाली आप हर कोने के मल्लां की कुश्ती कराई है। बहुत वधिया जोर साडे पहलवान मनोहर जी मैदान के लैके आ रहे हैं। सो हर कुश्ती जी देखने वाली कुश्ती मैदान के होनी है। सो मारो दाव पेज करो कुश्ती के फैसले। जिन्हां पहलवानों नूं पर्ची मिली जाती है लंगोटे लाओ तो तैयार होकर खाड़े के आई जाओ। अज मालवे दुआबे दीआं चोटी दीआं कुश्तियां होणियां कि माझा मालवा दबाब नचदा खेडा खेड रंगला पंजाब नचदा। सो अज पंजाब दी रंगली जवानी मैदान दे विच इस समय धन धन करा रही है। मिंटां सकिंटां च कुश्ती दे फैसले हो रहे हैं। सो बड़ा सत्कार साडी सिंध कमेटी पहलवानां दा कर रही है। जिस पहलवान की कुश्ती हो जाती है अपनी पर्ची लवो तो स्टेज तो मान सम्मान साडी सिंध कमेटी तो नालों नाल मेरे वीर प्राप्त करी जाणा है। सो बड़े पटाके दा मुकाबले इस समय मैदान दे विच हो रहे हैं। बाकी पहलवान भी फटाफट मैदान के आई जाओ परची मिलाओ तो इन्हें मल्ला की कुश्ती जी है वो जल्दी शुरू कराओ। बाकी जिन्हें पहलवानों परचियां मिल गई हैं वो लंगोटे ला के बिल्कुल तैयार बा तैयार हो जाओ। सो सतगुरु की बड़ी अपार कृपा है। ठंडी ठंडी पशुओं की हवा चल रही है। चिट्टियां कपाह दियां फुटियां वर्गी खिड़ी धुप के अज मावां के बड़ी पुत्र बब्बर शेरां के मुकाबले हो रहे हैं। ये की वेखण भेड़ भेडा बकरियां दे वेखण वाले तो शेरां दे भेड़ होंगे। अज तो शेरां दे भेड़ देखने वाली गल है बब्बर शेरां का मुकाबला देखने वाली गल है। सो बहुत वधिया मुकाबले इस समय मैदान के चल रहे हैं। वाहिगुरु साहिब संगत का असीं बहुत बहुत धन्यवाद करते हैं कि जिहड़े
इस समय वधिया कुश्तियां देखने लई साडे खेड मेले च पहुंचे हैं। उत्थे वख-वख खाड़ियां तो आए हुए पहलवाना का भी असीं तहे दिलों धन्नवाद करते हैं, जो वधिया मैदान विच अपने कुश्ती दे जिहड़े है उह जोर दिखा रहे हैं। तो बहुत वधिया प्रबंध साडी प्रबंधक कमेटी वालों किया गया, गुरु ने दुध लंगर जिहड़ी है उह सवेर तो चल रहे हैं। सारे बाहरों आए दर्शक वीरां ने पहलवाना ने गुरु ने लंगर भी छके है, ते नाल नाल हुण कुश्तियां दा नज़ारा कर रहे हैं साडे धनवाद करते हैं कि हर पक्षों सिक्योरिटी में भी असी पूरा जिहड़ा वो ध्यान रखे। तो सारी संगत का गुरु साहब संगत का असी धनवाद करते हैं। तो दो कुश्तियां चल रही, आओ जी बाकी प्रवान खाड़े जाओ जी, जिन्होंने पर्ची मिल गई मेरे भी लेट ना करो सानू, असी कुश्तियां सारे दिया करवाणियां।